ਪੰਜਾਬ ਸਣੇ ਚੰਡੀਗੜ੍ਹ ਦੇ ਵਿੱਚ ਮੌਸਮ ਦਾ ਮਿਜਾਜ ਬਦਲ ਗਿਆ। ਦੱਸ ਦਈਏ ਕਿ 3 ਦਿਨ ਹਲਕਾ ਮੀਂਹ ਪੈਣ ਦੇ ਪੂਰੇ ਆਸਾਰ ਨੇ। ਫਰਵਰੀ ਮਹੀਨੇ ਦੇ ਵਿੱਚ 10 ਸਾਲ ਦਾ ਰਿਕਾਰਡ ਟੁੱਟ ਗਿਆ। ਚੰਡੀਗੜ੍ਹ ਸਮੇਤ ਪੰਜਾਬ ਦੇ ਵਿੱਚ ਮੌਸਮ ਬਦਲ ਗਿਆ, 3 ਦਿਨ ਬੱਦਲਵਾਈ ਰਹੇਗੀ। ਦੱਸ ਦਈਏ ਕਿ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਔਸਤਨ 33 mm ਬਾਰਿਸ਼ ਪੈਂਦੀ ਹੈ, ਪਰ ਇਸ ਵਾਰ 57.2 mm ਮੀਂਹ ਪਿਆ, ਜੋ ਪਹਿਲਾਂ ਨਾਲੋਂ 73% ਜ਼ਿਆਦਾ ਹੈ। ਇਸ ਤੋਂ ਪਹਿਲਾਂ 2013 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ 85.8 mm ਮੀਂਹ ਪਿਆ ਸੀ। 3 ਫਰਵਰੀ ਤੋਂ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਆਈ। ਦੱਸ ਦਈਏ ਕਿ ਪਹਾੜਾਂ ਦੇ ਵਿੱਚ ਮੀਂਹ ਦੇ ਨਾਲ ਬਰਫ਼ਬਾਰੀ ਹੋ ਗਈ ਔਰ ਮੈਦਾਨੀ ਇਲਾਕਿਆਂ ਦੇ ਵਿੱਚ ਗੜੇ ਪਏ ਸੀ। ਦੱਸ ਦਈਏ ਕਿ ਹੁਣ ਮੌਸਮ ਖੁੱਲ੍ਹ ਗਿਆ ਸੀ, ਦੁਪਹਿਰੇ ਤਿੱਖੀ ਧੁੱਪ ਵੀ ਪੈਂਦੀ ਸੀ, ਤਾਂ ਹੁਣ ਮੌਸਮ ਨੇ ਫਿਰ ਮਾਰਚ ਮਹੀਨੇ ਦੇ ਸ਼ੁਰੂ ਦੇ ਵਿੱਚ ਪਹਿਲੇ ਦਿਨ ਹੀ ਮੌਸਮ ਨੇ ਆਪਣਾ ਮਿਜਾਜ ਬਦਲ ਲਿਆ, ਕਰਵਟ ਲੈ ਲਈ। ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੇ ਪੂਰੇ ਆਸਾਰ ਨੇ। ਫਰਵਰੀ ਮਹੀਨੇ ਦੇ ਵਿੱਚ 10 ਸਾਲ ਦਾ ਰਿਕਾਰਡ ਟੁੱਟ ਗਿਆ। ਪੰਜਾਬ ਸਣੇ ਚੰਡੀਗੜ੍ਹ ਦੇ ਵਿੱਚ ਮੌਸਮ ਨੇ ਕਰਵਟ ਲਈ, ਬੱਦਲਵਾਈ ਦੇ ਨਾਲ ਹਲਕਾ ਮੀਂਹ ਪੈਣ ਦੇ ਪੂਰੇ ਆਸਾਰ ਨੇ। ਪੰਜਾਬ ਸਣੇ ਚੰਡੀਗੜ੍ਹ ਦੇ ਵਿੱਚ ਮੌਸਮ ਦਾ ਮਿਜਾਜ ਬਦਲ ਗਿਆ। ਦੱਸ ਦਈਏ ਕਿ 3 ਦਿਨ ਹਲਕਾ ਮੀਂਹ ਪੈਣ ਦੇ ਪੂਰੇ ਆਸਾਰ ਨੇ। ਫਰਵਰੀ ਮਹੀਨੇ ਦੇ ਵਿੱਚ 10 ਸਾਲ ਦਾ ਰਿਕਾਰਡ ਟੁੱਟ ਗਿਆ। ਚੰਡੀਗੜ੍ਹ ਸਮੇਤ ਪੰਜਾਬ ਦੇ ਵਿੱਚ ਮੌਸਮ ਬਦਲ ਗਿਆ, 3 ਦਿਨ ਬੱਦਲਵਾਈ ਰਹੇਗੀ। ਦੱਸ ਦਈਏ ਕਿ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਔਸਤਨ 33 mm ਬਾਰਿਸ਼ ਪੈਂਦੀ ਹੈ, ਪਰ ਇਸ ਵਾਰ 57.2 mm ਮੀਂਹ ਪਿਆ, ਜੋ ਪਹਿਲਾਂ ਨਾਲੋਂ 73% ਜ਼ਿਆਦਾ ਹੈ। ਇਸ ਤੋਂ ਪਹਿਲਾਂ 2013 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ 85.8 mm ਮੀਂਹ ਪਿਆ ਸੀ। 3 ਫਰਵਰੀ ਤੋਂ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਆਈ। ਦੱਸ ਦਈਏ ਕਿ ਪਹਾੜਾਂ ਦੇ ਵਿੱਚ ਮੀਂਹ ਦੇ ਨਾਲ ਬਰਫ਼ਬਾਰੀ ਹੋ ਗਈ ਔਰ ਮੈਦਾਨੀ ਇਲਾਕਿਆਂ ਦੇ ਵਿੱਚ ਗੜੇ ਪਏ ਸੀ। ਦੱਸ ਦਈਏ ਕਿ ਹੁਣ ਮੌਸਮ ਖੁੱਲ੍ਹ ਗਿਆ ਸੀ, ਦੁਪਹਿਰੇ ਤਿੱਖੀ ਧੁੱਪ ਵੀ ਪੈਂਦੀ ਸੀ, ਤਾਂ ਹੁਣ ਮੌਸਮ ਨੇ ਫਿਰ ਮਾਰਚ ਮਹੀਨੇ ਦੇ ਸ਼ੁਰੂ ਦੇ ਵਿੱਚ ਪਹਿਲੇ ਦਿਨ ਹੀ ਮੌਸਮ ਨੇ ਆਪਣਾ ਮਿਜਾਜ ਬਦਲ ਲਿਆ, ਕਰਵਟ ਲੈ ਲਈ। ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੇ ਪੂਰੇ ਆਸਾਰ ਨੇ। ਫਰਵਰੀ ਮਹੀਨੇ ਦੇ ਵਿੱਚ 10 ਸਾਲ ਦਾ ਰਿਕਾਰਡ ਟੁੱਟ ਗਿਆ। ਪੰਜਾਬ ਸਣੇ ਚੰਡੀਗੜ੍ਹ ਦੇ ਵਿੱਚ ਮੌਸਮ ਨੇ ਕਰਵਟ ਲਈ, ਬੱਦਲਵਾਈ ਦੇ ਨਾਲ ਹਲਕਾ ਮੀਂਹ ਪੈਣ ਦੇ ਪੂਰੇ ਆਸਾਰ ਨੇ। ਪੰਜਾਬ ਸਣੇ ਚੰਡੀਗੜ੍ਹ ਦੇ ਵਿੱਚ ਮੌਸਮ ਦਾ ਮਿਜਾਜ ਬਦਲ ਗਿਆ। ਦੱਸ ਦਈਏ ਕਿ 3 ਦਿਨ ਹਲਕਾ ਮੀਂਹ ਪੈਣ ਦੇ ਪੂਰੇ ਆਸਾਰ ਨੇ। ਫਰਵਰੀ ਮਹੀਨੇ ਦੇ ਵਿੱਚ 10 ਸਾਲ ਦਾ ਰਿਕਾਰਡ ਟੁੱਟ ਗਿਆ। ਚੰਡੀਗੜ੍ਹ ਸਮੇਤ ਪੰਜਾਬ ਦੇ ਵਿੱਚ ਮੌਸਮ ਬਦਲ ਗਿਆ, 3 ਦਿਨ ਬੱਦਲਵਾਈ ਰਹੇਗੀ। ਦੱਸ ਦਈਏ ਕਿ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਔਸਤਨ 33 mm ਬਾਰਿਸ਼ ਪੈਂਦੀ ਹੈ, ਪਰ ਇਸ ਵਾਰ 57.2 mm ਮੀਂਹ ਪਿਆ, ਜੋ ਪਹਿਲਾਂ ਨਾਲੋਂ 73% ਜ਼ਿਆਦਾ ਹੈ। ਇਸ ਤੋਂ ਪਹਿਲਾਂ 2013 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ 85.8 mm ਮੀਂਹ ਪਿਆ ਸੀ। 3 ਫਰਵਰੀ ਤੋਂ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਆਈ। ਦੱਸ ਦਈਏ ਕਿ ਪਹਾੜਾਂ ਦੇ ਵਿੱਚ ਮੀਂਹ ਦੇ ਨਾਲ ਬਰਫ਼ਬਾਰੀ ਹੋ ਗਈ ਔਰ ਮੈਦਾਨੀ ਇਲਾਕਿਆਂ ਦੇ ਵਿੱਚ ਗੜੇ ਪਏ ਸੀ। ਦੱਸ ਦਈਏ ਕਿ ਹੁਣ ਮੌਸਮ ਖੁੱਲ੍ਹ ਗਿਆ ਸੀ, ਦੁਪਹਿਰੇ ਤਿੱਖੀ ਧੁੱਪ ਵੀ ਪੈਂਦੀ ਸੀ, ਤਾਂ ਹੁਣ ਮੌਸਮ ਨੇ ਫਿਰ ਮਾਰਚ ਮਹੀਨੇ ਦੇ ਸ਼ੁਰੂ ਦੇ ਵਿੱਚ ਪਹਿਲੇ ਦਿਨ ਹੀ
ਮੌਸਮ ਨੇ ਆਪਣਾ ਮਿਜਾਜ ਬਦਲ ਲਿਆ, ਕਰਵਟ ਲੈ ਲਈ। ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੇ ਪੂਰੇ ਆਸਾਰ ਨੇ। ਫਰਵਰੀ ਮਹੀਨੇ ਦੇ ਵਿੱਚ 10 ਸਾਲ ਦਾ ਰਿਕਾਰਡ ਟੁੱਟ ਗਿਆ। ਪੰਜਾਬ ਸਣੇ ਚੰਡੀਗੜ੍ਹ ਦੇ ਵਿੱਚ ਮੌਸਮ ਨੇ ਕਰਵਟ ਲਈ, ਬੱਦਲਵਾਈ ਦੇ ਨਾਲ ਹਲਕਾ ਮੀਂਹ ਪੈਣ ਦੇ ਪੂਰੇ ਆਸਾਰ ਨੇ।